strong. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੇ ਐਮ ਜੀ ਵਲੋਗਸ ਵਿੱਚ ਵੈਲਕਮ ਹੈ। ਅੱਜ ਅਸੀਂ ਬਣਾਉਂਗੇ ਤੰਗਹੁਲੂ। ਇਹ ਹੈਗੀ ਇੱਕ ਨੌਰਥ ਚਾਈਨੀਜ਼ ਡਿਸ਼ ਹੈ ਅਤੇ ਇਹ ਇੰਨਾ ਸਵੀਟ ਸਨੈਕ ਹੈ ਅਤੇ ਇਹਦੇ ਵਿੱਚ ਸਿਰਫ ਤਿੰਨ ਚੀਜ਼ਾਂ ਲੱਗਦੀਆਂ, ਪਾਣੀ, ਸ਼ੂਗਰ ਅਤੇ ਇੱਕ ਫਰੂਟ। ਚਲੋ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਹਾਫ ਐਂਡ ਹਾਫ ਲੱਗਦਾ, ਜਿੰਨਾ ਤੁਸੀਂ ਪਾਣੀ ਪਾਉਣਾ ਉਹਨੂੰ ਤੁਸੀਂ ਸ਼ੂਗਰ ਪਾਉਣੀ ਹੈ ਅਤੇ ਅਸੀਂ ਜਿੰਨਾ ਪਾਣੀ ਲਿਆ ਅਸੀਂ ਉਹਨੂੰ ਸ਼ੂਗਰ ਪਾਉਂਗੇ ਅਤੇ ਹੁਣ ਅਸੀਂ ਆਪਣੇ ਦੋਨੇ ਚੀਜ਼ ਆਪਣੇ ਪੈਨ 'ਚ ਪਾ ਦਿੰਦੇ ਹਾਂ। ਅਸੀਂ ਬਰਾਊਨ ਸ਼ੂਗਰ ਯੂਜ਼ ਕਰਨ ਲੱਗੇ ਹਾਂ ਪਰ ਤੁਸੀਂ ਵਾਈਟ ਵੀ ਯੂਜ਼ ਕਰ ਸਕਦੇ, ਤੁਹਾਡੀ ਚੋਇਸ ਹੈ। ਹੁਣ ਅਸੀਂ ਆਪਣਾ ਪਾਣੀ ਅਤੇ ਆਪਣੀ ਸ਼ੂਗਰ ਪਾਤੀ ਆ ਆਪਣੇ ਪੈਨ 'ਚ ਅਤੇ ਇਹਨੂੰ ਅਸੀਂ ਉਦੋਂ ਤੱਕ ਕੁੱਕ ਕਰਨਾ ਜਦੋਂ ਤੱਕ ਡਿਜ਼ੋਲਵ ਹੋ ਜਾਵੇ ਅਤੇ ਫਿਰ ਬਾਅਦ 'ਚ ਮੈਂ ਤੁਹਾਨੂੰ ਦੱਸਦੀ ਕੀ ਕਰਨਾ। ਸੋ ਗਾਇਸ, ਸਾਡੀ ਸਾਰੀ ਸ਼ੂਗਰ ਡਿਜ਼ੋਲਵ ਹੋ ਗਈ ਆ ਅਤੇ ਇਹਦਾ ਟੈਂਪਰੇਚਰ ਚੈੱਕ ਕਰਦੇ ਹਾਂ। ਇਹਦਾ ਹੈਗਾ 82.6 ਅਤੇ ਅਸੀਂ ਹੌਲੀ ਹੌਲੀ ਇਹਦਾ 200 ਤੱਕ ਲੈ ਜਾਣਾ ਆ। ਸੋ ਗਾਇਸ, ਸਾਡੀ ਸ਼ੂਗਰ ਕੁੱਕ ਹੋਈ ਜਾ ਰਹੀ ਆ ਅਤੇ ਉਸ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਪਹਿਲੀ ਵਾਰੀ ਬਣਾ ਰਹੇ ਹਾਂ। ਮੈਂ ਟਿਕਟੋਕ 'ਤੇ ਦੇਖੀ ਸੀ ਅਤੇ ਮੈਂ ਟਰਾਈ ਕਰਨਾ ਚਾਹੁੰਦੀ ਸੀਗੀ ਅਤੇ ਸ਼ਾਇਦ ਫੇਲ ਵੀ ਹੋ ਸਕਦੀ, ਸਾਨੂੰ ਹਜੇ ਕੁਛ ਨਹੀਂ ਪਤਾ ਪਰ ਹਜੇ ਤੱਕ ਠੀਕ ਲੱਗਦੀ ਪਈ ਆ। ਸੋ ਗਾਇਸ, ਸਾਡਾ ਹੋ ਗਿਆ ਆ। ਇਹਨੂੰ ਚੈੱਕ ਕਰਨ ਦਾ ਇੱਕ ਤਰੀਕਾ ਆ, ਤੁਸੀਂ ਕੋਲੀ 'ਚ ਮਾੜੇ ਨਾਲ ਪਾਣੀ ਪਾਓ ਅਤੇ ਇੱਕ ਬੂੰਦ 'ਚ ਪਾਣੀ ਆ ਅਤੇ ਹੁਣ ਦੇਖੀਏ ਕ੍ਰਿਸਪੀ ਹੋਊਗਾ। ਆਖੁੰਦਾ ਹੋ ਗਿਆ ਹਾਰਡ। ਸੋ ਸਾਡਾ ਥੋੜ੍ਹਾ ਜ਼ਿਆਦਾ ਤਾਂ ਬਰਾਊਨ ਹੋ ਗਿਆ ਕਿਉਂਕਿ ਸਾਡੀ ਸ਼ੂਗਰ ਵੀ ਅਸੀਂ ਬਰਾਊਨ ਲਈ ਸੀ। ਅਸੀਂ ਗਰੇਪ ਯੂਜ ਕਰਨੇ ਆ ਅਤੇ ਇਹਨੂੰ ਮਾੜੇ ਨਾਲ ਡਿਪ ਕਰਕੇ ਅਤੇ ਇਹਨੂੰ ਅਸੀਂ ਆਪਣੇ ਰੱਖ ਲੈਣਾ, ਹੱਥ ਧਿਆਨ ਨਾਲ ਗਰਮ ਹੁੰਦਾ ਅਤੇ ਸੜ ਜਾਣਾ ਅਤੇ ਇਹਨੂੰ ਅਸੀਂ ਹੁਣ ਫਰਿੱਜ ਲਿਆ ਲੈਣਾ ਤਾਂ ਕਿ ਇਹ ਜੰਮ ਜਾਵੇ। ਸੋ ਗਾਇਸ, ਅਸੀਂ ਡਿਪ ਕੀਤਾ ਅਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਹ ਹੋ ਗਿਆ ਸਾਡਾ ਫੇਲ ਰੈਸਪੀ। ਅਤੇ ਜਿੰਨਾ ਸਾਡਾ ਜ਼ਿਆਦਾ ਸ਼ੂਗਰ ਹੋ ਗਈ ਅਤੇ ਇਸ ਕਰਕੇ ਉਹ ਸੜ ਗਈ, ਅਸੀਂ ਜ਼ਿਆਦਾ ਕੁੱਕ ਕਰਤੀ ਆਹ ਖੁੰਦਾ ਸਟਿੱਕੀ ਹੈ ਇਹਨਾਂ ਅਤੇ ਸਾਡੇ ਪੈਨ ਦਾ ਵੀ ਬੁਰਾ ਹਾਲ ਹੈ ਅਤੇ ਆਹ ਦੇਖ ਲਓ ਅਤੇ ਇਹਦਾ ਟੇਸਟ ਵੀ ਇੰਨਾ ਕੌੜਾ ਕੌੜਾ ਕਿਉਂਕਿ ਸੜ ਗਿਆ ਆ ਅਤੇ ਆਖੋ ਸਾਡੇ ਪੈਨ ਦਾ ਹਾਲ ਅਤੇ ਸਾਰੀ ਸ਼ੂਗਰ ਜੰਮੀ ਹੋਈ ਆ। ਹੁਣ ਅਸੀਂ ਗਰਮ ਪਾਣੀ ਪਾ ਕੇ ਇਹ 'ਚ ਇਹਨੂੰ ਕਰਦੇ ਪਏ ਹਾਂ ਅਤੇ ਯਾ। ਸੋ ਗਾਇਸ, ਮੈਂ ਇੱਕ ਟਰਾਈ ਕਰਕੇ ਦੇਖਦੀ ਹਾਂ। ਮੈਨੂੰ ਪਤਾ ਕਿ ਮੈਨੂੰ ਸਵਾਦ ਨਹੀਂ ਲੱਗਣਾ ਕਿਉਂਕਿ ਬਹੁਤ ਕੌੜਾ, ਇਹਦੀ ਸਮੈਲ ਵੀ ਬਹੁਤ ਗੰਦੀ ਗੰਦੀ ਆ ਰਹੀ ਹੈ, ਪਰ ਤੁਹਾਡੀ ਐਂਟਰਟੇਨਮੈਂਟ ਵਾਸਤੇ ਮੈਂ ਟਰਾਈ ਕਰ ਲੂੰਗੀ। ਉਸ ਵੀ ਤੁਹਾਨੂੰ ਪਿੱਛੇ ਆਵਾਜ਼ਾਂ ਆ ਰਹੀਆਂ ਤਾਂ ਮੇਰੇ ਪਾਪਾ ਰੋਟੀ ਬਣਾ ਰਹੇ ਆ ਅਤੇ ਟਰਾਈ ਕਰਕੇ ਦੇਖਦੀ ਹਾਂ ਮੈਂ। ਆਓ ਖਾਦਾ ਟੱਕਲ ਮੰਗਲੂ ਇੰਨਾ ਉਹ ਮੈਂ ਕੋਟ ਕੌੜਾ ਹੈ ਇਹਦਾ, ਬਹੁਤ ਇੰਨਾ ਅਜੀਬ ਜਿਹਾ ਫਲੇਵਰ ਹੈ ਇਹਦਾ ਨਾ ਨਾ ਬਣਾਈਏ ਘਰ, ਬਕਵਾਸ ਹੈ ਬਿਲਕੁਲ। ਓ ਮਾਈ ਗੋਡ, ਇੰਨਾ ਕੌੜਾ ਨਾ ਚੱਲ ਬੋਲ ਬੋਲ ਮੈਂ ਹੁਣੇ ਮੂੰਹ ਤੋਂ ਗਿਆ ਇੱਕ ਮਿੰਟ। ਸੋ ਮੈਂ ਸੱਚ ਕਹਾਂ ਸਾਡਾ ਹੋ ਗਿਆ ਫੇਲ ਅਤੇ ਮੈਂ ਸ਼ਾਇਦ ਮੇਰੇ ਕੋਲ ਨਾ ਵਧੀਆ ਬਣਿਆ ਹੋਵੇ, ਤੁਸੀਂ ਟਰਾਈ ਕਰ ਲਈਏ ਖੁਦ ਦੇ ਤੜਕੋ ਵਧੀਆ ਬਣੇ। ਇੱਕ ਸਾਡੀ ਕੁਆਂਟਿਟੀ ਵੀ ਘੱਟ ਸੀਗੀ ਅਤੇ ਇਸ ਕਰਕੇ ਪਾਣੀ ਜਲਦੀ ਸੁੱਕ ਗਿਆ ਤਾਂ ਇੰਨਾ ਸਾਡਾ ਫੇਲ ਹੋ ਗਿਆ। ਅਸੀਂ ਓਨੈਸਟਲੀ ਦੱਸਦੇ ਪਏ ਹਾਂ ਅਤੇ ਤੁਸੀਂ ਟਰਾਈ ਕਰ ਲਿਓ, ਸ਼ਾਇਦ ਤੁਹਾਡਾ ਸਕਸੈਸ ਹੋ ਜਾਵੇ। ਅੱਜ ਦੀ ਵੀਡੀਓ ਦਾ ਮੈਂ ਇੱਥੇ ਐਂਡ ਕਰਦੀ ਹਾਂ। ਤੁਹਾਨੂੰ ਸਾਡਾ ਟ੍ਰੈਜਡੀ ਪਸੰਦ ਆਈ ਹੋਵੇ ਜ਼ਰੂਰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਅਤੇ ਅਸੀਂ ਸਾਨੂੰ ਅਗਲੀ ਵੀਡੀਓ 'ਚ ਮਿਲੂਗੇ। ਥੈਂਕਸ ਫੋਰ ਵਾਚਿੰਗ, ਬਾਏ। ਸਿਰਪ ਵਿੱਚ ਡਿਪਟ ਸਨੈਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੇ ਐਮ ਜੀ ਵਲੋਗਸ ਵਿੱਚ ਵੈਲਕਮ ਹੈ। ਅੱਜ ਅਸੀਂ ਬਣਾਉਂਗੇ ਤੰਗਹੁਲੂ। ਇਹ ਇੱਕ ਨੌਰਥ ਚਾਈਨੀਜ਼ ਸਨੈਕ ਹੈ, ਇਹਦਾ ਸਵੀਟ ਸਨੈਕ ਹੈ ਅਤੇ ਇਹਦੇ ਵਿੱਚ ਸਿਰਫ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੇ ਐਮ ਜੀ ਵਲੋਗਸ ਵਲੋਗ ਗਾਇਜ਼ ਖੁੱਕ ਹੋਈ ਜਾ ਖੁੱਕ